ਜੇ ਤਬਲਾ ਜੋ ਹੈ ਅਥਾਹ ਸਮੁੰਦਰ ਦੇ ਵਾਂਗ ਹੈ, ਜਿੰਨਾ ਅਸੀਂ ਚਾਹੀਏ ਜਿੰਨਾ ਅਸੀਂ ਵਧਣਾ ਚਾਹੀਏ ਚ ਵੱਧ ਸਕਦੇ ਹਾਂ, ਸਿੱਖ ਸਕਦੇ ਹਾਂ। ਬਚਪਨ ਤੋਂ ਹੀ ਇੱਕ ਸੁਪਨਾ ਸੀ ਜ਼ਾਕਿਰ ਹੁਸੈਨ ਜੀ ਕੋਲੋਂ ਮਿਲਣਾ ਤੇ ਉਹਨਾਂ ਨਾਲ ਬਹਿਣਾ। ਅੱਜ ਤੁਹਾਨੂੰ ਇੱਕ ਇਹੋ ਜਿਹੇ ਨੌਜਵਾਨ ਨਾਲ ਮਿਲਾਉਣ ਜਾ ਰਹੇ ਹਾਂ ਜਿਸ ਨੂੰ ਤਬਲੇ ਦੇ ਵਿੱਚ ਮਹਾਰਤ ਹਾਸਲ ਹੈ। ਹਾਲਾਂਕਿ ਇਸ ਨੌਜਵਾਨ ਦਾ ਜਦੋਂ 2.5 ਸਾਲ ਦਾ ਸੀ ਇਸਨੇ ਤਬਲਾ ਵਜਾਉਣਾ ਸ਼ੁਰੂ ਕੀਤਾ ਸੀ, ਹੁਣ ਇਸਦੀ ਉਮਰ 24 ਸਾਲ ਹੈ। ਸੋ 3 ਸਾਲ ਦੀ ਉਮਰ ਦੇ ਵਿੱਚ ਲਿਮਕਾ ਬੁੱਕ ਆਫ ਰਿਕਾਰਡ ਦੇ ਵਿੱਚ ਇਸਦਾ ਨਾਮ ਵੀ ਦਰਜ ਹੋਇਆ ਸੀ। ਸੋ ਅਗਮ ਸ਼ਿੰਗਾਰੀ ਸਾਡੇ ਨਾਲ ਮੌਜੂਦ ਹੈ। ਅਗਮ, ਅੱਜ ਕਰੀਬ 2.5 ਸਾਲ ਦੀ ਉਮਰ ਤੋਂ ਵਜਾਉਣਾ ਸ਼ੁਰੂ ਕੀਤਾ ਸੀ, ਅੱਜ ਤੁਹਾਡੀ ਉਮਰ 24 ਸਾਲ ਹੈ। ਕੀ ਸੁਪਨੇ ਪੂਰੇ ਹੋ ਗਏ, ਜਿਹੜੇ ਸੁਪਨੇ ਸੋਚੇ ਸੀ ਜਿਹੜੇ ਬਚਪਨ 'ਚ ਜਦੋਂ ਤੁਹਾਨੂੰ ਗੋਡ ਗਿਫਟ ਸੀ, ਕਿਉਂਕਿ ਤੁਸੀਂ ਕਿਸੇ ਕੋਲ ਸਿੱਖਿਆ ਨਹੀਂ ਹੈ ਸਭ ਕੁਛ? ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਮੈਨੂੰ ਮੌਕਾ ਦਿੱਤਾ ਆਪਣੇ ਚੈਨਲ 'ਤੇ। ਅਤੇ ਬਚਪਨ ਤੋਂ ਹੀ ਇੱਕ ਸੁਪਨਾ ਸੀ ਜ਼ਾਕਿਰ ਹੁਸੈਨ ਜੀ ਕੋਲੋਂ ਮਿਲਣਾ ਅਤੇ ਉਹਨਾਂ ਨਾਲ ਬਹਿਣਾ। ਅਤੇ ਕਾਫੀ ਸਾਲ ਪਹਿਲੇ ਜਦੋਂ ਮੈਂ ਸ਼ਾਬਾਸ਼ ਇੰਡੀਆ 'ਚ ਪਰਫੋਰਮ ਕੀਤਾ ਸੀ, ਉਦੋਂ ਮੈਂ ਆਪਣੀ ਇਹ ਵਿਸ਼ ਰੱਖੀ ਸੀ ਕਿ ਮੈਂ ਜ਼ਾਕਿਰ ਹੁਸੈਨ ਜੀ, ਉਸਤਾਦ ਜ਼ਾਕਿਰ ਹੁਸੈਨ ਜੀ ਨੂੰ ਮਿਲਣਾ ਚਾਹੁੰਦਾ, ਉਹਨਾਂ ਨਾਲ ਬਹਿਣਾ ਚਾਹੁੰਦਾ, ਇੱਕ ਵਾਰਤਾਲਾਪ ਚਾਹੁੰਦਾ। ਅਤੇ ਉਦੋਂ ਉਹਨਾਂ ਨੇ ਆਪਣੇ ਅੱਬਾ ਜੀ ਦੀ ਬਰਸੀ 'ਤੇ ਮੈਨੂੰ ਬੰਬੇ ਬੁਲਾਇਆ ਸੀ, ਸਪੈਸ਼ਲ ਟਿਕਟਸ ਦਿੱਤੀਆਂ ਸੀ। ਅਤੇ ਉਦੋਂ ਮੇਰਾ ਜਿਹੜਾ ਜ਼ਿੰਦਗੀ ਦਾ ਜਿਹੜਾ ਮੇਨ ਵੱਡਾ ਸੁਪਨਾ ਸੀ ਉਹ ਪੂਰਨ ਹੋਇਆ ਸੀ। 3 ਸਾਲ ਦੀ ਉਮਰ 'ਚ ਲਿਮਕਾ ਬੁੱਕ ਆਫ ਰਿਕਾਰਡ 'ਚ ਤੁਹਾਡਾ ਨਾਮ ਦਰਜ ਹੋਇਆ ਸੀ। 3 ਸਾਲ ਕਰੀਬ 7 ਮਹੀਨਿਆਂ ਦੇ ਵਿੱਚ ਉਦੋਂ ਤੁਹਾਡੀ ਉਮਰ ਸੀ। ਕਈ ਸੁਪਨੇ ਵੇਖੇ ਸੀ, ਕਿਉਂਕਿ ਹੁਣ ਤੁਸੀਂ ਸਿੱਖਦੇ ਵੀ ਹੋ, ਕਈ ਤੁਸੀਂ ਅਵਾਰਡ ਜਿੱਤੇ ਹੈ, ਦੁਨੀਆ ਜ਼ਿੰਦਗੀ ਦਾ ਕਾਫੀ ਸਫ਼ਰ ਤੁਸੀਂ ਤੈਅ ਕੀਤਾ ਵਾ। ਸੋ ਹੁਣ ਕੀ ਸੁਪਨੇ ਹੈ, ਕਿਸ ਮੁਕਾਮ 'ਤੇ ਪੁੱਜਣਾ ਸੀ ਜਿਹੜਾ ਹਾਲੇ ਤੱਕ ਤੁਹਾਨੂੰ ਲੱਗਦਾ ਕਿ ਥੋੜ੍ਹਾ ਜਿਹਾ ਸਮਾਂ ਹੋਰ ਲੱਗੇ? ਜੇ ਤਬਲਾ ਜੋ ਹੈ ਅਥਾਹ ਸਮੁੰਦਰ ਦੇ ਵਾਂਗ ਹੈ, ਜਿੰਨਾ ਅਸੀਂ ਚਾਹੀਏ ਜਿੰਨਾ ਅਸੀਂ ਵਧਣਾ ਚਾਹੀਏ ਚ ਵੱਧ ਸਕਦੇ ਹਾਂ, ਸਿੱਖ ਸਕਦੇ ਹਾਂ। ਮੈਂ ਸ਼ੁਕਰਗੁਜ਼ਾਰ ਹਾਂ ਆਪਣੇ ਗੁਰੂ ਉਸਤਾਦ ਬਲਵਿੰਦਰ ਵਿੱਕੀ ਜੀ ਦਾ, ਜਿਹੜੇ ਮੈਨੂੰ ਇੰਨੇ ਸਾਲ ਤੋਂ ਤਾਲੀਮ ਦੇ ਰਹੇ ਹੈ। ਅਤੇ ਰੋਜ਼ ਹਰ ਵਾਰੀ ਉਹਨਾਂ ਕੋਲੋਂ ਸਿੱਖਿਆ ਹੀ ਲੱਗਦਾ ਕਿ ਕੁਛ ਨਵਾਂ ਮਿਲ ਰਿਹਾ, ਕੁਛ ਨਵਾਂ ਅਸੀਂ ਕਰ ਰਹੇ ਹਾਂ, ਪਹੁੰਚ ਪਾ ਰਹੇ ਹਾਂ। ਹੁਣ ਜਿਵੇਂ ਨੈਸ਼ਨਲ ਅਵਾਰਡ ਫਾਰ ਐਕਸੈਪਸ਼ਨਲ ਅਚੀਵਮੈਂਟ, ਉਹ ਵੀ ਉਹਨਾਂ ਦੇ ਆਸ਼ੀਰਵਾਦ ਨਾਲ ਮਿਲਿਆ। ਲਿਮਕਾ ਬੁੱਕ ਆਫ ਰਿਕਾਰਡਸ, ਉਹ ਵੀ ਉਹਨਾਂ ਦੇ ਆਸ਼ੀਰਵਾਦ ਨਾਲ। ਲਾਸਟ 2 ਸਾਲ ਤੋਂ ਯੂਥ ਫੈਸਟੀਵਲ ਆਲ ਇੰਡੀਆ ਯੂਨੀਵਰਸਿਟੀਜ਼ ਵੱਲੋਂ ਜਿਹੜਾ ਕਰਵਾਇਆ ਜਾਂਦਾ, ਆਲ ਇੰਡੀਆ ਨੈਸ਼ਨਲ 'ਚ ਮੈਂ 2 ਵਾਰ ਫਸਟ ਆਇਆ। ਇਹ ਸਭ ਉਹਨਾਂ ਦੀ ਕਿਰਪਾ ਹੀ ਹੈ। ਅਤੇ ਬਸ ਹੁਣ ਇਹੀ ਹੈ ਕਿ ਅੱਗੇ ਤੋਂ ਅੱਗੇ ਵਧੀਏ, ਗੁਰੂਆਂ ਦਾ, ਘਰ ਵਾਲਿਆਂ ਦਾ ਨਾਮ ਰੋਸ਼ਨ ਕਰਾਂ ਅਤੇ ਤਬਲੇ 'ਚ ਇੱਕ ਮੈਂ ਚੰਗਾ ਮੁਕਾਮ ਹਾਸਲ ਕਰਾਂ। ਤਬਲਾ ਮਾਸਟਰ ਦੇ ਨਾਮ 'ਤੇ ਤੁਸੀਂ ਮਸ਼ਹੂਰ ਹੋ, ਸੋ ਉਹ ਤਬਲੇ ਦੇ ਉਹ ਜ਼ਰੂਰ ਜਿਹੜੇ ਸੁਰ ਹੈ ਉਹ ਆਪਣੇ ਦਰਸ਼ਕਾਂ ਤੱਕ ਜ਼ਰੂਰ ਪਹੁੰਚਾਉਣੇ ਚਾਹੁੰਦਾ? ਜ਼ਰੂਰ। ਜ਼ਾਕਿਰ ਹੁਸੈਨ ਜੀ ਦੀ ਭਾਸ਼ਾ ਵਿੱਚ ਇਹ ਬੋਲ ਇੱਕ ਹਿਰਨ ਦੀ ਉਛਾਲ ਨੂੰ ਦਰਸਾਉਂਦਾ ਹੈ, ਜਿਵੇਂ ਉਹ ਭੱਜਦੇ ਹੋਏ ਇੱਕੋ ਦਮ ਉਛਾਲ ਲੈਂਦਾ ਹੈ ਉਸ ਤਰ੍ਹਾਂ। ਧੀਰੇ ਗਿੜਦਾ ਤਕੜਦਾ, ਧੀਰੇ ਗਿੜਤਕ ਤਕੜਦਾ, ਧੀਰੇ ਗਿੜਤਕ, ਧੀਰੇ ਗਿੜਤਕ, ਧੀਰੇ ਗਿੜ ਤਕੜਦਾ, ਗਿੜਦਾ, ਤਣਾਨਾ ਗਿੜ ਤਕੜਦਾ, ਤਣਾਨਾ ਗਿੜ ਤਕੜਦਾ, ਤਣਾਨਾ ਗਿੜ ਤਕੜਦਾ। ਸੇਮ ਉਹ ਚੀਜ਼ ਤਬਲੇ 'ਚ ਕਿਸ ਤਰ੍ਹਾਂ ਆਏਗੀ, ਇਹ ਤੁਹਾਡੇ ਸਾਹਮਣੇ। ਇਹ ਮੇਰੇ ਉਸਤਾਦ ਬਲਵਿੰਦਰ ਵਿੱਕੀ ਜੀ ਦੀ ਰਚਿਤ ਰਚਨਾ ਹੈ।
ਕਿੱਥੇ ਕਿੱਥੇ ਹੁਣ ਤੱਕ ਤੁਸੀਂ ਆਪਣੇ ਪ੍ਰੋਗਰਾਮ ਜਾ ਚੁੱਕੇ ਹੋ? ਕਿਉਂਕਿ ਹੁਣ ਤੁਹਾਨੂੰ ਜ਼ਿਆਦਾ ਲੋਕ ਅੰਮ੍ਰਿਤਸਰ ਤੋਂ ਨਾਲ ਨਾਲ ਜੇ ਦੂਸਰੇ ਸਟੇਟਾਂ ਦੀ ਗੱਲ ਕਰੀਏ ਤੁਹਾਨੂੰ ਤਬਲਾ ਮਾਸਟਰ ਦੇ ਨਾਮ 'ਤੇ ਲੋਕ ਜਾਣਦੇ। ਤੁਸੀਂ ਜਿਸ ਤਰ੍ਹਾਂ ਹੁਣ ਮੇਰਾ ਗੁਜਰਾਤ 'ਚ ONGC ਦੇ ਜਿਹੜਾ ਮੇਨ ਹੈੱਡ ਆਫਿਸ ਹੈ ਉੱਥੇ ਮੇਰਾ ਪ੍ਰੋਗਰਾਮ ਹੋਇਆ ਹੈ। ਸੂਰਤ, ਅਹਿਮਦਾਬਾਦ, ਹੈਦਰਾਬਾਦ, ਬੈਂਗਲੌਰ, ਬੋਂਬੇ, ਦਿੱਲੀ, ਮਤਲਬ ਇੰਡੀਆ ਦੇ ਬਹੁਤ ਸਾਰੇ ਸ਼ਹਿਰਾਂ 'ਚ ਮੇਰਾ, ਰਾਜਸਥਾਨ ਵਗੈਰਾ ਵੀ ਕਾਫੀ ਸ਼ਹਿਰਾਂ 'ਚ ਮੇਰੇ ਪ੍ਰੋਗਰਾਮ ਹੋਏ ਹੋਏ ਹੈ। ਲੋਕਾਂ ਨੇ ਬਹੁਤ ਪਿਆਰ ਦਿੱਤਾ, ਸਰਾਹਣਾ ਦਿੱਤੀ, ਅਸ਼ੀਰਵਾਦ ਦਿੱਤਾ ਅਤੇ ਅੱਜ ਮੈਂ ਆਪਣਾ ਇਸ ਮੁਕਾਮ 'ਤੇ ਪਹੁੰਚਿਆ। ਪਰਿਵਾਰ ਦੀ ਕਿੰਨੀ ਸਪੋਰਟ ਮਿਲੀ? ਪਰਿਵਾਰ ਦੀ ਪਹਿਲੇ ਦਿਨ ਤੋਂ ਹੀ ਸਪੋਰਟ ਹੈ ਜੀ। 2.5 ਸਾਲ ਦੀ ਉਮਰ ਤੋਂ ਜਿਹੜਾ ਬੱਚਾ ਸਿਰਫ ਇੱਕ ਫੀਡਰ 'ਤੇ ਵਜਾ ਰਿਹਾ, ਉਸ ਕਲਾ ਨੂੰ ਪਹਿਚਾਨਣਾ, ਮੈਨੂੰ ਤਬਲਾ ਲਿਆ ਕੇ ਦੇਣਾ, ਪੜ੍ਹਾਈ ਦੇ ਨਾਲ ਨਾਲ ਮੈਨੂੰ ਇਸ ਕਲਾ 'ਚ ਵੀ, ਜਿੰਨੀ ਦੇਰ ਘਰਦੇ ਨਾ ਕਰਨ ਤਾਂ ਉਨੀ ਦੇਰ ਕੁਛ ਨਹੀਂ ਹੋ ਸਕਦਾ। ਘਰਦਿਆਂ ਦੀ ਪੂਰੀ ਸਪੋਰਟ ਹੈ, ਮੇਰੇ ਦਾਦਾ ਜੀ ਦੀ ਫੁੱਲ ਸਪੋਰਟ ਹੈ। ਦੁਕਾਨ ਛੱਡ ਕੇ ਵੀ ਮੇਰੇ ਨਾਲ ਹਰ ਜਗ੍ਹਾ ਜਾਂਦੇ ਰਹੇ ਆ, ਮੈਨੂੰ ਲੈ ਕੇ ਜਾਂਦੇ ਰਹੇ ਆ। ਸਾਰੇ ਅਵਾਰਡ ਦਿਵਾਉਣ 'ਚ ਸਭ ਤੋਂ ਵੱਡਾ ਹੱਥ ਅਤੇ ਯੋਗਦਾਨ ਮੇਰੇ ਦਾਦਾ ਜੀ ਦਾ ਅਤੇ ਮੇਰੇ ਮਾਤਾ ਪਿਤਾ ਦਾ ਹੈ ਜੀ। ਮੈਮ, ਤੁਸੀਂ ਬੱਚਿਆਂ ਦੀ ਬਹੁਤ ਸਪੋਰਟ ਕੀਤੀ ਹੈ, ਕਿਉਂਕਿ ਜਦੋਂ ਤੱਕ ਬੱਚਿਆਂ ਨੂੰ ਪਰਿਵਾਰ ਦੀ ਸਪੋਰਟ ਨਾ ਆਏ, ਬੱਚੇ ਅੱਗੇ ਨਹੀਂ ਵਧਦੇ। ਕੀ ਲੱਗਦਾ ਕਿ 2.5 ਸਾਲ ਦੀ ਉਮਰ 'ਚ ਜਿਹੜਾ ਅਗਮ ਨੇ ਸਪਨਾ ਵੇਖਿਆ ਸੀ, ਕਮੀ ਹੈਗੀ ਕੋਈ ਹੈ ਕਿ ਪੂਰਾ ਹੋਇਆ? ਪਹਿਲੀ ਗੱਲ ਭਈਆ, ਇਹ 9 ਮਹੀਨੇ ਦਾ ਸੀ ਜਦੋਂ ਇਹਨੇ ਫੀਡਰ 'ਤੇ ਵਜਾਉਂਦਾ ਸੀ, ਜਦੋਂ ਸਾਨੂੰ ਫੀਲ ਇਹਦੀ ਰਿਦਮ ਦਾ ਹੋਇਆ, ਉਹ ਰਿਦਮ ਨੂੰ ਦੇਖਦੇ 2.5 ਸਾਲ ਦੀ ਉਮਰ ਤੱਕ ਫਿਰ ਇਹ ਪਰਫੋਰਮੈਂਸ ਤੱਕ ਪਹੁੰਚ ਗਿਆ ਔਰ ਘਰ ਦੇ ਬਰਤਨ ਖੜਕਾ ਖੜਕਾ ਕੇ ਪਹੁੰਚਿਆ। ਫਿਰ ਫਸਟ ਪ੍ਰੋਗਰਾਮ 'ਤੇ ਇਹਨੂੰ ਮਿਲਿਆ, ਪਰ ਹਜੇ ਵੀ ਮਾਂ ਹੋਣ ਦੇ ਨਾਤੇ ਜਿਸ ਤਰ੍ਹਾਂ ਹੁਣੇ ਇਹਨੇ ਕਿਹਾ ਕਿ ਇਹ ਤਬਲਾ ਇੱਕ ਸਿੱਖਣਾ, ਇਹ ਸਮੁੰਦਰ ਵਿੱਚ ਡੁੱਬਣ ਦੇ ਬਰਾਬਰ ਹੈ, ਪਰ ਹਜੇ ਵੀ ਮੇਰੀ ਵਿਸ਼ ਹੈ, ਮੇਰੀ ਸੋਚ ਹੈ, ਮੇਰਾ ਆਸ਼ੀਰਵਾਦ ਹੈ ਔਰ ਇਹਦੇ ਦਾਦੂ ਦਾ ਆਸ਼ੀਰਵਾਦ ਹੈ। ਦੁਨੀਆ ਹਜੇ ਬਹੁਤ ਵੱਡੀ ਹੈ ਜਿਹਦੇ ਵਿੱਚ ਮੇਰੇ ਬੱਚੇ ਨੇ ਹਜੇ ਬਹੁਤ ਸਿਤਾਰਾ ਚਮਕਣਾ ਹੈ। ਉਹਨੇ ਬੜੇ ਬੜੇ ਲੋਕਾਂ ਨੇ ਜੋ ਜੋ ਅਸੀਂ ਦੇਖਿਆ, ਮੇਰੇ ਬੱਚੇ ਨੇ ਮੇਰਾ ਨਾਮ ਉੱਥੇ ਰੋਸ਼ਨ ਕਰਨਾ। ਸੋ ਜਿਹੜੇ ਖੁਸ਼ੀ ਦੇ ਹੰਝੂ ਜ਼ਰੂਰ ਦੇਖ ਸਕਦੇ ਹੋ, ਕਿਉਂਕਿ ਜਦੋਂ ਮਾਪਿਆਂ ਨੂੰ ਬੱਚਿਆਂ ਦੇ ਨਾਮ 'ਤੇ ਜਾਣਿਆ ਜਾਂਦਾ, ਪਹਿਚਾਣਿਆ ਜਾਂਦਾ, ਫਿਰ ਮਾਪਿਆਂ ਦਾ ਇੱਕ ਖੁਸ਼ੀ ਦਾ ਠਿਕਾਣਾ ਕੋਈ ਨਹੀਂ ਹੁੰਦਾ। ਸੋ ਇਹ ਉਹ ਖੁਸ਼ੀ ਹੈ ਜਦੋਂ ਇੱਕ ਮਾਂ ਨੂੰ ਅਗਮ ਸ਼ਿੰਗਾਰੀ ਦੇ ਨਾਮ 'ਤੇ ਜਾਣਿਆ ਜਾਂਦਾ, ਫੀਲ ਹੁੰਦਾ, ਬਹੁਤ ਚੰਗਾ ਸਕੂਨ ਮਿਲਦਾ ਵਾ ਜਦੋਂ ਕੋਈ ਕਹਿੰਦਾ ਵਾ ਕਿ ਅਗਮ ਦੀ ਮੰਮੀ ਉਹ ਜਾ ਰਹੀ ਹੈ। ਭਈਆ, ਹਰ ਇੱਕ ਦੀ ਲਾਈਫ 'ਚ ਬਹੁਤ ਸਟਰਗਲ ਹੁੰਦਾ, ਮੇਰੇ ਬੱਚੇ ਨੇ ਬਹੁਤ ਸਟਰਗਲ ਕੀਤਾ, ਬਹੁਤ ਕੁਛ ਦੇਖਿਆ, ਹੁਣ ਉਹਦੀ ਬਸ ਮੇਰੀ ਇੱਕ ਹੀ ਪ੍ਰੇਅਰ ਹੈ ਕਿ ਹੁਣ ਉਹਨੂੰ, ਹਜੇ ਮੈਂ ਜ਼ਾਕਿਰ ਹੁਸੈਨ ਜੀ ਦੇ ਨਾਲ ਇੱਕ ਵਾਰੀ ਇਹ ਬੈਠ ਕੇ ਆਇਆ, ਉਦੋਂ ਪਰਫੋਰਮੈਂਸ ਉਹ ਨਹੀਂ ਸੀ, ਪਰ ਮੈਂ ਇੱਕ ਵਾਰੀ ਆਪਣੀ ਜ਼ਿੰਦਗੀ 'ਚ ਇਹਨੂੰ ਉਹਨਾਂ ਦੇ ਨਾਲ ਬੈਠ ਕੇ ਪਰਫੋਰਮ ਕਰਨਾ ਦੇਖਣਾ ਚਾਹੁੰਦੀ ਹਾਂ। ਔਰ ਮੈਨੂੰ ਪਤਾ ਮੇਰਾ ਬੇਟਾ ਉੱਥੇ ਪਹੁੰਚੇਗਾ, ਕਿਉਂਕਿ ਉਹਦੀ ਜਿੰਨੀ ਮਿਹਨਤ, ਜਿੰਨਾ ਜਪ ਤਪ ਔਰ ਜੋ ਸਾਡੇ ਗੁਰੂ ਜੀ ਬਲਵਿੰਦਰ ਵਿੱਕੀ ਜੀ ਦੇ ਜੋ ਆਸ਼ੀਰਵਾਦ ਹੈ, ਗੁਰੂ ਤੋਂ ਬਿਨਾਂ ਬੱਚਾ ਕੁਛ ਨਹੀਂ ਬਣ ਸਕਦਾ। ਔਰ ਇਹ ਗੁਰੂ ਔਰ ਚੇਲਾ ਨਹੀਂ ਹੈ, ਇਹ ਇੱਕ ਬਾਪ ਅਤੇ ਬੇਟਾ ਦਾ ਰੋਲ ਹੈ। ਜੋ ਬੋਲਦੇ ਹੈ ਸਮਝਦਾ, ਮਤਲਬ ਇਸ ਤੋਂ ਉੱਪਰ ਕੁਛ ਨਹੀਂ।